ਫਲੋਰ ਤੋਂ ਸਫਾਈ ਸੇਵਕਾਂ ਦੀ ਲੜਾਈ ਲੜਨ ਵਾਲੇ ਪ੍ਰਧਾਨ ਸ਼ੀਤਲ ਦ੍ਰਵਿੜ, ਜੋ ਬੀਤੇ ਦਿਨੀ ਅਗਵਾਕਾਰਾਂ ਤੋਂ ਛੁੱਟ ਕੇ ਬੁਰੀ ਹਾਲਤ ਵਿੱਚ ਪਿੰਡ ਦਾਰਾਪੁਰ ਦੇ ਬੱਸ ਅੱਡੇ ਤੋਂ ਮਿਲੇ ਸਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਸੀ। ਸ਼ੀਤਲ ਦ੍ਰਵਿੜ ਨੇ ਠੀਕ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂੰ ਪੁਰਾਣੀ ਰੰਜਿਸ਼ ਤਹਿਤ ਅਗਵਾ ਕੀਤਾ ਗਿਆ ਸੀ, ਕਿਉਂਕਿ ਅਸੀਂ ਘਰ ਘਰ ਕੂੜਾ ਚੁੱਕਣ ਦਾ ਕੰਮ ਬੰਦ ਕਰਵਾ ਕੇ ਆਪਣੇ ਸਫਾਈ ਕਰਮਚਾਰੀਆਂ ਦੀ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਹੇ ਸੀ, ਜਿਸ ਕਾਰਨ ਮੈਨੂੰ ਅਗਵਾ ਕੀਤਾ ਗਿਆ ਅਤੇ ਅਗਵਾਕਾਰਾਂ ਨੇ ਮੇਰੇ ਸਿਰ 'ਤੇ ਸਿਰਹਾਣਾ ਰੱਖ ਕੇ ਡੰਡੇ ਵੀ ਮਾਰੇ, ਜਿਸ ਤੋਂ ਬਾਅਦ ਮੇਰਾ ਦਿਮਾਗ ਕੰਮ ਕਰਨੋਂ ਬੰਦ ਹੋ ਗਿਆ। ਫਿਰ ਦੂਜੇ ਦਿਨ ਉਹਨਾਂ ਮੈਨੂੰ ਆ ਕੇ ਕਿਹਾ ਕਿ ਤੁਹਾਡੇ ਆਗੂ ਬਹੁਤ ਧਰਨੇ ਲਾਉਂਦੇ ਹਨ, ਉਹ ਸਾਡਾ ਕੀ ਵਿਗਾੜ ਲੈਣਗੇ, ਜਿਸ ਤੋਂ ਬਾਅਦ ਉਹ ਮੈਨੂੰ ਦਾਰਾਪੁਰ ਅੱਡੇ ਵਿੱਚ ਛੱਡ ਗਏ ਸਨ। ਉਹਨਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਨਰਿੰਦਰ ਗੋਇਲ, ਕੌਂਸਲਰ ਭਾਰਤੀ ਸ਼ਰਮਾ ਅਤੇ ਵਿਨੋਦ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੀ ਪੁਰਾਣੀ ਰੰਜਿਸ਼ ਕਰਕੇ ਨਾ ਉਹਦੀ ਵਜ੍ਹਾ ਕਰਕੇ ਰੰਜਿਸ਼ ਮੇਰੀ ਸੀਗੀ, ਸਾਡੀ ਜਿਹੜਾ ਡੋਕ ਬੋਰ ਉਹਨੂੰ ਬੰਦ ਕਰਵਾਉਣ ਵਾਸਤੇ ਅਸੀਂ ਐਜੀਟੇਸ਼ਨ ਛਿੜੀ ਸੀ ਆਪਣਾ ਨਗਰ ਕੌਂਸਲ ਫਲੋਰ ਦੇ ਬਿਲਕੁਲ ਸਾਹਮਣੇ ਜੀ। ਅਸੀਂ 10-11 ਵਜੇ ਬਹਿ ਜਾਂਦੇ ਸੀਗੇ, ਸ਼ਾਮ ਨੂੰ 5 ਵਜੇ ਉੱਠ ਕੇ ਚਲੇ ਜਾਂਦੇ ਸੀਗੇ, ਔਰ ਜਿਹੜੀ ਨਾਅਰੇਬਾਜ਼ੀ ਹੁੰਦੀ ਸੀਗੀ ਉਹ ਮਤਲਬ ਕਿ ਨਗਰ ਕੌਂਸਲ ਫਲੋਰ ਦੇ ਜਿਹੜਾ ਪ੍ਰਸ਼ਾਸਨ ਹੈਗਾ ਵਿੱਚ EO ਵਿੱਚ ਭਾਰਤੀ ਵਿੱਚ ਆਪਣਾ ਵਿਨੋਦ MC ਇਹਨਾਂ ਦੇ ਖਿਲਾਫ ਅਸੀਂ ਨਾਅਰੇਬਾਜ਼ੀ ਕਰਦੇ ਸੀਗੇ। ਇਹਨਾਂ ਨੇ ਉਹੀ ਰੰਜਿਸ਼ਵਾਦੀ ਦੀ ਵਜ੍ਹਾ ਕਰਕੇ ਜਿਹੜਾ 12 ਤਰੀਕ ਨੂੰ ਮੇਰੇ ਨਾਲ ਕਾਂਡ ਕੀਤਾ, ਮੈਨੂੰ ਇੱਕ ਬੰਦਾ ਮੇਰੇ ਕੋਲ ਘਰ ਗਿਆ, ਘਰ ਮੈਨੂੰ ਕਹਿੰਦਾ ਜੀ ਜਿਹੜੀ ਚੰਦਨ ਗਰੇਵਾਲ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਉਹਦੇ ਸੰਬੰਧ ਦੇ ਵਿੱਚ ਤੁਸੀਂ 4-4:30 ਵਜੇ ਐਡੀਮ ਦੇ ਕੋਲ ਜਾਣਾ ਤੁਸੀਂ ਜੀ, ਅਤੇ ਉੱਥੇ ਜਾ ਕੇ ਤੁਹਾਡਾ ਅਸੀਂ ਕੰਪਰੋਮਾਈਜ਼ ਕਰਾ ਦਿੰਦੇ ਜੀ। ਮੈਂ ਘਰੋਂ ਨਗਰ ਪ੍ਰਸ਼ਾਦਾ ਛੱਕ ਕੇ ਸਾਡੇ ਉੱਤਰ ਕੇ ਜਦੋਂ ਮੈਂ ਗਿਆ ਤਾਂ ਮੇਰਾ ਛੋਟਾ ਬ੍ਰਦਰ ਛੋਟਾ ਮੁੰਡਾ ਜਿਹੜਾ ਮੇਰਾ ਹੈਗਾ ਰਮਨ ਦਾ ਇੱਕ ਦੋਸਤ ਹੈ, ਮੈਂ ਕਾਕੇ ਇੱਦਾਂ ਕਰ ਵੀ ਮੈਂ ਹਸੀਮ ਸਾਹਿਬ ਦੇ ਦਫ਼ਤਰ ਜਾਣਾ, ਮੈਨੂੰ ਤਾਂ ਉੱਥੇ ਜਾਣਾ ਜੀ। ਉਹ ਮੈਨੂੰ ਬਿਲਕੁਲ ਗੇਟ ਦੇ ਮੂਹਰੇ ਤਾਰ ਕੇ ਆ ਗਿਆ ਜੀ। ਉਹ ਬੰਦਾ ਸੀਗਾ ਜਿਹਨੇ ਮਤਲਬ ਕਿ ਮੈਨੂੰ ਸੁਨੇਹਾ ਦਿੱਤਾ ਸੀਗਾ, ਉਹਨੂੰ ਮੈਂ ਪਛਾਣਦਾ ਬਹੁਤ ਚੰਗੀ ਤਰ੍ਹਾਂ, ਮੇਰੇ ਸਾਹਮਣੇ ਜਦੋਂ ਆ ਗਿਆ ਨਾ ਉਹ ਮੈਂ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਪਛਾਣ ਸਕਦਾ। ਜਦੋਂ ਮੈਂ ਉਹਨਾਂ ਦੇ ਕੋਲ ਗਿਆ ਬੰਦਾ ਮੈਂ ਕਿਹਾ ਲਿਆਓ ਵੀ ਆਪਾਂ ਇੱਦਾਂ ਕਰਦੇ ਵੀ ਗਿਲ ਸਾਹਿਬ ਖੜੀ ਬੂ ਜਿਹੜੀ ਮੇਰੀ ਹੋਰ ਬੰਦੇ ਜਿਹੜੇ ਹੈਗੇ ਆ ਸਾਡੇ ਮਤਲਬ ਸੰਸਥਾ ਦੇ ਬੰਦੇ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਆਪਾਂ ਗੱਲ ਕਰ ਲੈਂਦੇ, ਕਹਿੰਦੇ ਠੀਕ ਆ ਜੀ। ਉਹ ਜਦੋਂ ਗੱਲਬਾਤ ਕਰ ਰਹੇ ਸੀਗੇ ADM ਸਾਹਿਬ ਦੇ ਦਫ਼ਤਰ ਦੇ ਮੂਹਰੇ ਇੱਕ ਕੈਮਰਾ ਲੱਗਾ ਹੋਇਆ ਸਾਡੀ ਜੀ, ਉਹ ਜਦੋਂ ਇੱਕ ਬੰਦਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਜੀ ਗੱਲ ਸੁਣੇ ਕੋਲ ਮੈਂ ਟੈਲੀਫੋਨ ਕਰ ਲਵਾਂ, ਫਿਰ ਮਤਲਬ ਕਿ ਕਹਿੰਦੇ ਤੂੰ ਇੱਦਾਂ ਕਰ ਟੈਲੀਫੋਨ ਕਰ ਜਦੋਂ ਮਰਜ਼ੀ ਕਰ, ਅਸੀਂ ਤੈਨੂੰ ਲੈ ਕੇ ਜਾਣਾ ਜਿੱਥੇ ਮਰਜ਼ੀ ਲੈ ਜਾਈਏ ਉੱਥੇ ਗੱਲ ਕਰਾਂਗੇ ਮੈਂ ਠੀਕ ਹੈ। ਮੈਂ ਉਹਨਾਂ ਨੂੰ ਪਿਛਲੇ ਪਾਸੇ ਦੀ ਜਿੱਧਰੇ ਕੋਟ ਦੀਆਂ ਪੌੜੀਆਂ ਚੜ੍ਹਦੀਆਂ ਉੱਧਰਲੇ ਪਾਸੇ ਦੀ ਹੋ ਕੇ ਮੈਂ ਫਿਰ ਮਤਲਬ ਸੜਕ ਦੇ ਉੱਤੇ ਆ ਗਿਆ, ਰਕਸ਼ਾ ਰਿਹਾ ਮੈਂ, ਰਕਸ਼ੇ ਵਾਲੇ ਨੂੰ ਪੈਸੇ ਦਿੱਤੇ, ਮੈਂ ਸਿੱਧਾ ਹੀ ਉੱਥੇ ਦਮੂੜੀਏ ਕੋਲ ਦੇ ਸਾਹਮਣੇ ਜਿੱਥੋਂ ਜਲੰਧਰ ਨੂੰ ਬੱਸਾਂ ਜਾਂਦੀਆਂ ਉੱਥੇ ਮੈਂ ਚਲਾ ਗਿਆ। ਉੱਥੇ ਬੱਸਾਂ ਦੀ ਜਿਹੜੀਆਂ ਮਤਲਬ 4-5 ਲੱਗੀਆਂ ਹੋਈਆਂ ਸੀ, 4-5 ਅੱਗੜ ਪਿੱਛੜ ਬੱਸਾਂ ਲੱਗੀਆਂ ਜੀ, ਪ੍ਰਾਈਵੇਟ ਬੱਸਾਂ ਸੀਗੀਆਂ ਸਾਰੀਆਂ ਲੱਗੀਆਂ। ਮੇਰੀ ਕੋਸ਼ਿਸ਼ ਸੀ ਵੀ ਮੈਂ ਮੇਰੇ ਮਗਰ ਜਿਹੜੇ ਬੰਦੇ ਪਏ ਹੋਏ ਆ ਮੈਂ ਸਮਝਿਆ ਵੀ ਮੇਰੀ ਇਸ ਗੱਲ ਨੂੰ ਜਿਹੜਾ ਮੇਰੇ ਮਗਰ ਪਏ ਮੇਰੀ ਜਾਨ ਦਾ ਖਤਰਾ, ਮੈਂ ਆਪਣੀ ਜਾਨ ਨੂੰ ਬਚਾਉਂਦੇ ਹੋਏ। ਨਹੀਂ ਤੁਸੀਂ ਤੁਸੀਂ ਬੱਸ ਸਟੈਂਡ ਵੱਲੋਂ ਹੀ ਕਿਉਂ ਗਏ, ਤੁਸੀਂ ਇੱਧਰੋਂ ਘਰ ਵੱਲੋਂ ਵੀ ਆ ਸਕਦੇ ਸੀ, ਘਰ ਵੱਲ ਉਹਨਾਂ ਨੇ ਫਿਰ ਮੇਰੇ ਮਗਰ ਪੈ ਜਾਣਾ ਸੀਗਾ। ਜੇ ਤੁਸੀਂ ਘਰ ਵੱਲੋਂ ਹੁੰਦੇ ਤੁਸੀਂ ਸੇਫ ਸਕੇ ਤੁਸੀਂ ਮੇਰਾ ਜੀ, ਉਸ ਵੀ ਮੇਰੀ ਗੱਲ ਨੂੰ ਮੇਰਾ ਦਿਮਾਗ ਨਹੀਂ ਕੰਮ ਕੀਤਾ। ਅੱਛਾ, ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਤੁਹਾਨੂੰ? ਉਸ ਤੋਂ ਬਾਅਦ ਮਤਲਬ ਕਿ ਜਦੋਂ ਮੈਂ ਬੱਸ ਸਟੈਂਡ 'ਤੇ ਗਿਆ 4-5 ਬੱਸਾਂ ਖੜੀਆਂ ਸੀ ਜੀ, ਉਹ ਮੇਰੇ ਮਗਰ ਹੀ ਆ ਗਏ। ਜਦੋਂ ਮੈਂ ਸੜਕ ਨੂੰ ਕ੍ਰੋਸ ਕਰਕੇ ਬੱਸ ਫੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੈਨੂੰ ਬੱਸ ਨਹੀਂ ਫੜਨ ਦਿੱਤੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ। ਤੁਸੀਂ ਉੱਥੇ ਪਰਿਵਾਰ ਨੂੰ ਕਿਉਂ ਨਹੀਂ ਫੋਨ ਕੀਤਾ ਉੱਥੇ ਖੜ ਕੇ ਸਾਈਡ 'ਤੇ? ਮੇਰਾ ਮਹਾਰਾਜ ਉਹਨਾਂ ਨੇ ਮੋਬਾਇਲ ਹੀ ਖੋਲਿਆ ਜਾ। ਓਕੇ, ਅੱਛਾ ਉਹ ਤੋਂ ਬਾਅਦ ਕਿੱਥੇ ਲੈ ਗਿਆ ਤੁਹਾਨੂੰ ਫਿਰ ਉਹ ਪਤਾ? ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ। ਜਿਸ ਵੇਲੇ ਉਹਨਾਂ ਨੇ ਗੱਡੀ ਟਰਨ ਕੀਤੀ ਨਾ ਇੱਦਾਂ ਜੀ, ਜਿਸ ਵੇਲੇ ਗੱਡੀ ਨੂੰ ਆਪਾਂ ਮੋੜਦੇ ਹਾਂ ਜੀ, ਉਹ ਗੱਡੀ ਨੂੰ ਮੋੜਨ ਦਾ ਮੈਨੂੰ ਪਤਾ ਹੈਗਾ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਤੁਹਾਨੂੰ ਰੱਖਿਆ ਕਿੱਥੇ ਕਿਸ ਲਈ ਜਾ ਕੇ ਰੱਖਿਆ। ਮੈਨੂੰ ਇਹਦੇ ਬਾਰੇ ਨਹੀਂ ਕਿਹਾ ਕਿ ਨਹੀਂ ਦਵਾ ਜਦ ਤੁਹਾਨੂੰ ਕਿਡਨੈਪ ਕੀਤਾ ਉਹਦੇ ਦੌਰਾਨ ਤੁਹਾਨੂੰ ਉਹਨੇ ਕਿਹੜੇ ਕਿਹੜੇ ਤਸ਼ੱਦਦ ਕੀਤੇ ਤੁਹਾਡੇ ਨਾਲ? ਤਸ਼ੱਦਦ ਜੀ ਹੁਣ ਮੈਂ ਦੱਸਣ ਲੱਗਾ ਤਾਂ ਆਪਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਜੀ। ਜਿਸ ਵੇਲੇ ਮੈਨੂੰ ਉੱਥੇ ਉਸ ਜਗ੍ਹਾ ਦੇ ਉੱਤੇ ਲੈ ਕੇ ਗਏ ਜੀ, ਠੀਕ ਹੈ ਨਾ ਜੀ, ਅੰਦਰ ਮੈਨੂੰ ਵਾਲ ਲਿਆ ਉਹਨਾਂ ਨੇ, 3 ਕਮਰੇ ਸੀਗੇ, 1st, 2nd, 3rd ਲਾਸਟ ਵਾਲਾ ਕਮਰਾ ਸੀਗਾ ਉੱਥੇ ਮੈਨੂੰ ਲੈ ਗਏ। ਓਕੇ, ਉੱਥੇ ਲਿਜਾ ਕੇ ਮੈਨੂੰ ਬਿਠਾਇਆ ਚੰਗੀ ਤਰ੍ਹਾਂ, ਇਹ ਨਹੀਂ ਗੱਲ, ਬਿਠਾ ਕੇ ਉਹਨਾਂ ਨੇ ਮੈਨੂੰ ਪਾਣੀ ਪੂਣੀ ਪਿਲਾਇਆ, ਹਾਂ ਕਹਿੰਦੇ ਵੀ ਹੁਣ ਇੱਦਾਂ ਕਰ ਇੱਥੇ ਧਰਨਾ ਲਾ, ਉੱਥੇ ਤੂੰ ਧਰਨੇ ਲਾਉਂਦਾ ਰਿਹਾ ਨਾ, ਹੁਣ ਲਾ ਧਰਨਾ, ਫਿਰ ਤੁਹਾਨੂੰ ਧਰਨੇ ਦਾ ਸਵਾਗਤ ਕਰਨਾ। ਅੱਛਾ ਜੀ, 4 ਬੰਦੇ ਸੀਗੇ ਜੀ, ਦੋਨਾਂ ਜਣੇ ਨੇ ਮੇਰੀਆਂ ਇੱਥੋਂ, 2 ਬੰਦੇ ਨੇ ਇੱਧਰੋਂ ਮੇਰੀ ਵਾਂਗ ਵਾਲੀ ਇੱਧਰੋਂ ਫੜ ਲਈਆਂ, ਮੈਨੂੰ ਮਤਲਬ ਕਿ ਇੱਦਾਂ ਟੇਢਾ ਜਿਹਾ ਕਰਕੇ ਨਾ ਸਿਰਹਾਣਾ ਸੀਗਾ ਜਿਹੜਾ ਮੇਰੇ ਇੱਥੋਂ ਸਿਰ ਦੇ ਉੱਤੇ ਰੱਖ ਕੇ
ਉਹਨਾਂ ਨੇ ਮੇਰੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ, ਜਿਹਦੀ ਵਜ੍ਹਾ ਕਰਕੇ ਮੇਰਾ ਦਿਮਾਗ 'ਚ ਥੋੜ੍ਹਾ ਜਿਹਾ ਅਪਸੈਟ ਹੋ ਗਿਆ। ਜਿਹਨਾਂ ਜਿਹਨਾਂ ਦਾ ਤੁਸੀਂ ਸ਼ੰਕਾ ਪ੍ਰਗਟ ਕਰ ਰਹੇ ਹਾਂ, ਉਹ ਜੋ ਤੁਸੀਂ ਬੰਦਾ ਕੁਛ ਕੋਈ ਦੇਖੇ ਤੁਸੀਂ ਬੰਦੇ ਉੱਥੇ ਕੋਈ ਉਹ ਬੰਦੇ ਮੇਰੇ ਸਾਹਮਣੇ ਆਉਂਦੇ ਮੈਂ ਪਛਾਣ ਸਕਦਾ ਜੀ? ਨਹੀਂ ਨਹੀਂ, ਤੁਸੀਂ ਜਿੱਦਾਂ ਕਹਿੰਦੇ ਅਸੀਂ ਧਰਨਾ ਲਾਇਆ ਹੈਗਾ, ਐਜੀਟੇਸ਼ਨ ਕਰਦੇ ਸੀ ਅਸੀਂ, ਜਿਹਨਾਂ ਦੇ ਖਿਲਾਫ ਸੀ ਐਜੀਟੇਸ਼ਨ ਕਰਦੇ ਸੀ, ਹਾਂਜੀ, ਉਹ ਤੁਸੀਂ ਉੱਥੇ ਕੋਈ ਪਰਸਨ ਦੇਖਿਆ, ਉਹ ਬੰਦਾ ਦੇਖਿਆ ਤੁਸੀਂ ਉੱਥੇ ਕੋਈ? ਨਹੀਂ, ਮੈਂ ਉੱਥੇ ਨਹੀਂ। ਤੁਹਾਨੂੰ ਲੱਗਦਾ ਕਿਹੜੇ ਕਿਹੜੇ ਬੰਦਿਆਂ ਨੇ ਤੁਹਾਨੂੰ ਯਾਨੀ ਕਿ ਇਹ ਕੰਮ ਕਰਾਇਆ ਹੋਣਾ? ਜੀ ਮੈਂ ਉਹੀ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ, ਪੁਰਾਣੀ ਰੰਜਿਸ਼ ਕਰਕੇ ਨਿੰਦੀ ਗੋਇਲ ਜੀ, ਪਹਿਲੇ ਨੰਬਰ 'ਤੇ ਨਿੰਦੀ ਗੋਇਲ, ਦੂਸਰੇ ਨੰਬਰ 'ਤੇ ਵਿਨੋਦ ਐਮ ਸੀ, ਓਕੇ, ਤੀਸਰੇ ਨੰਬਰ 'ਤੇ ਭਾਰਤੀ ਜੀ, ਠੀਕ ਹੈ ਜੀ, ਅਤੇ ਚੌਥੇ ਨੰਬਰ 'ਤੇ ਪੱਛੀ ਗਈ ਤਾਂ ਨਹੀਂ ਹੈ। ਇਹਨਾਂ ਦਾ ਨਾਮ ਤੁਸੀਂ ਕਿਸ ਬਿਆਨ 'ਤੇ ਲੈ ਰਹੇ ਹੋ? ਇਹਨਾਂ ਦੇ ਬਿਆਨ ਮੈਂ ਇਸ ਕਰਕੇ ਲੈ ਰਿਹਾ, ਜਿਸ ਵੇਲੇ ਉੱਥੇ ਗੱਲਬਾਤ ਚੱਲਦੀ ਸੀ ਨਾ, ਚਲੋ ਮੇਰੇ 'ਤੇ ਤਸ਼ੱਦਦ ਕਰਦੇ ਸੀ, ਕਹਿੰਦੇ ਵੀ ਤੂੰ ਇੱਦਾਂ ਕਰ ਹੁਣ ਧਰਨਾ ਦੇ, ਜੇ ਤੁਹਾਨੂੰ ਪੁੱਛਦੇ ਤਾਂ ਕਿੱਥੇ ਦਾ ਲਾਉਣਾ ਦੱਸ, ਧਰਨੇ ਦੀਆਂ ਗੱਲਾਂ ਦੁਹਰਾਈਆਂ ਜਾਂਦੀਆਂ, ਧਰਨੇ ਦੀਆਂ ਗੱਲਾਂ ਦੁਹਰਾਈਆਂ ਜਾਂਦੀਆਂ। ਤੁਹਾਨੂੰ ਲੱਗਦਾ ਕਿਡਨੈਪਿੰਗ ਇਹਨਾਂ ਨੇ ਕਰਾਈ? ਇਹਨਾਂ ਨੇ ਕਰਾਇਆ ਮੈਨੂੰ ਕਿਡਨੈਪ। ਲਾਸਟ ਚਾਂਸ ਜਦੋਂ ਤੁਸੀਂ ਮਿਲੇ ਹੋ, ਤੁਸੀਂ ਦਾਰਾਪੁਰ ਪਿੰਡ ਦੇ ਕੋਲ ਤੁਸੀਂ ਮਿਲੇ ਹੋ, ਹਾਂਜੀ, ਠੀਕ ਆ, ਅਤੇ ਤੁਹਾਨੂੰ ਪਤਾ ਲੱਗਾ ਵੀ ਤੁਸੀਂ ਉੱਥੇ ਕਿੱਦਾਂ ਪਹੁੰਚੇ? ਤੁਸੀਂ ਉੱਥੇ ਕਿੱਦਾਂ ਪਹੁੰਚੇ ਆ ਜੀ? ਜਿਸ ਵੇਲੇ ਸਾਡੇ ਮੁਲਾਜ਼ਮ ਜਥੇਬੰਦੀਆਂ ਚੰਦਨ ਗਰੇਵਾਲ ਦੀ ਆਪਣਾ ਲੁਧਿਆਣਾ ਤੋਂ ਵੀਰੇ ਦਾਨੂ ਜੀ ਹੋਣੀ ਜੀ ਜੀ, ਜਦੋਂ ਇਕੱਠੇ ਹੋ ਕੇ ਇਹਨਾਂ ਨੇ ਉੱਥੇ ਥਾਣੇ ਨੂੰ ਘੇਰਿਆ ਜੀ, ਉਹਨਾਂ ਬੰਦਿਆਂ ਨੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ, ਉਹ ਕਹਿੰਦੇ ਤੁਹਾਡੇ ਉਹ ਟੁੱਟੇ ਜਿਹੇ ਲੀਡਰ ਆਏ ਸੀਗੇ ਜੀ ਉੱਥੇ, ਉਹ ਕੀ ਕਰ ਲੈਣਗੇ ਸਾਡਾ? ਸਾਡੀ ਪੰਜਾਬ ਸਰਕਾਰ ਆਈ ਆ, ਜੋ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਉਹੀ ਕੁਛ ਹੋਣਾ। ਜਦੋਂ ਮੈਂ ਇਹਨਾਂ ਕੋਲ ਰੋਟੀ ਮੰਗਦਾ ਸੀ, ਮੈਨੂੰ ਕੁੱਤਿਆਂ ਦੀਆਂ ਜੂਠੀਆਂ ਰੋਟੀਆਂ ਮੈਨੂੰ ਖਿਲਾ ਦੇ ਗਏ। ਓਕੇ, ਅਤੇ ਹੁਣ ਪ੍ਰਸ਼ਾਸਨ ਤਾਂ ਤੁਹਾਡੀ ਕੀ ਮੰਗ ਹੈਗੀ ਹੈ? ਪ੍ਰਸ਼ਾਸਨ ਤਾਂ ਸਾਡੀ ਇਹੀ ਗੱਲ ਹੈਗੀ ਹੈ ਜੀ, ਆਪਣਾ ਪੰਜਾਬ ਪੁਲਿਸ ਨੂੰ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਇਹ ਜਿਹੜੇ ਮੈਂ ਬੰਦੇ ਤੁਹਾਨੂੰ ਦੱਸੇ ਆ, ਇਹਨਾਂ ਦੇ ਖਿਲਾਫ਼ ਕਾਨੂੰਨੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਦੇ ਨਾਂ ਤੁਸੀਂ ਪੁਲਿਸ ਨੂੰ ਲਿਖਾਤੇ ਆ? ਮੈਂ ਹਜੇ ਨਹੀਂ ਲਿਖਾਏ, ਜਿਹੜੀ ਮੇਰੇ ਖਿਆਲ ਐਪਲੀਕੇਸ਼ਨ ਮੇਰੇ ਘਰਦਿਆਂ ਨੇ ਦਿੱਤੀ ਆ, ਉਹਦੇ ਵਿੱਚ ਮੇਰੇ ਖਿਆਲ ਘਰਦਿਆਂ ਨੇ ਮੇਰੇ ਨੇ ਲਿਖਾਈ ਹੋਈ। ਜਦੋਂ ਮੈਂ ਦਾਰਾਪੁਰ ਪਹੁੰਚਿਆ, ਉਹ ਜਦੋਂ ਇਹਨਾਂ ਦੇ ਇਹਨਾਂ ਪੁਲਿਸ ਦਾ ਜਦੋਂ ਦਬਾਅ ਪਿਆ ਇਹਨਾਂ ਦੇ ਸਾਰਿਆਂ ਦੇ ਉੱਤੇ, ਇਹਨਾਂ ਨੇ ਮੈਨੂੰ ਜਾ ਕੇ ਦੱਸਿਆ, ਫਿਰ ਕਹਿੰਦੇ ਵੀ ਅੱਜ ਫਰੋਡ ਤੁਹਾਡੇ ਸਾਡੇ ਬੰਦਿਆਂ ਦੇ ਉੱਤੇ ਆਹ ਮਤਲਬ ਕਿ ਦਬਾਅ ਪਿਆ, ਅਸੀਂ ਤੈਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਾਂ ਪਰ ਤੈਨੂੰ ਅਸੀਂ ਜਿੰਦਾ ਨਹੀਂ ਛੱਡਣਾ। ਦਾਰਾਪੁਰ ਤੁਸੀਂ ਕਿੱਦਾਂ ਘਰਦਿਆਂ ਨਾਲ ਸੰਪਰਕ ਕੀਤਾ? ਦਾਰਾਪੁਰ ਕਿੱਦਾਂ ਸੰਪਰਕ ਕੀਤਾ? ਜਿਸ ਵੇਲੇ ਮੈਨੂੰ ਛੱਡ ਕੇ ਚਲੇ ਗਏ, ਠੀਕ ਹੈ ਨਾ ਜੀ, ਕਹਿੰਦੇ ਮੈਂ ਉੱਥੇ ਮੈਨੂੰ ਨਹੀਂ ਪਤਾ ਲੱਗਾ ਵੀ ਮੈਂ ਕਿੱਥੇ ਹਾਂ, ਮੇਰਾ ਦਿਮਾਗ ਉਸ ਵੇਲੇ ਕੰਮ ਨਹੀਂ ਸੀ ਕਰ ਰਿਹਾ ਸੀ। ਉੱਥੇ ਜਦੋਂ ਮੈਂ ਇੱਕ ਥੜੀ ਜੀ ਬਣੀ ਹੋਈ ਹੈ ਅੱਡੀ, ਦਾਰਾਪੁਰ ਦਾ ਜਿਹੜਾ ਅੱਡਾ ਨਾ, ਉੱਥੇ ਇੱਕ ਥੜੀ ਬਣੀ ਹੋਈ ਹੈ, ਥੜੀ ਦੇ ਉੱਤੇ ਮੈਂ ਲੰਮਾ ਪੈ ਗਿਆ। ਮੈਨੂੰ ਮੇਰੇ ਨਾਲ ਵੀ ਘੰਟੇ ਡੇਢ ਘੰਟੇ ਬਾਅਦ ਕੁਛ ਜਦੋਂ ਹੋਸ਼ ਆਈ, ਨਾਲ ਹੀ ਇੱਦਾਂ ਟੁੱਟੀ ਲੱਗੀ ਹੈ, ਮੈਂ ਉੱਥੋਂ ਪਾਣੀ ਪੀਤਾ, ਪਾਣੀ ਪੀ ਕੇ ਫੇਰ ਪੈ ਗਿਆ। ਮੈਂ ਕਿਹਾ ਵੀ ਆਪਣੇ ਘਰਦਿਆਂ ਨੂੰ ਦੱਸਣਾ ਚਾਹੀਦਾ, ਮੈਂ ਕਈਆਂ ਬੰਦਿਆਂ ਘੱਟੋ ਘੱਟ 50 ਬੰਦਿਆਂ ਨੂੰ ਮੈਂ ਕਿਹਾ ਹੋਣਾ, ਮੈਂ ਕਿਹਾ ਬਾਜੀ ਮੇਰੀ ਗੁਰਬੇਨਤੀ ਤਾਂ ਤੁਹਾਨੂੰ, ਮੈਂ ਕਿਹਾ ਯਾਰ ਮੇਰੇ ਘਰਦੇ ਨੂੰ ਟੈਲੀਫੋਨ ਕਰ ਦਿਉ, ਮੇਰੇ ਨਾਲ ਆਹ ਕੰਡ ਹੋਇਆ। ਮੈਂ ਉਹਨਾਂ ਨੂੰ ਸਾਰੀ ਕਈਆਂ ਬੰਦਿਆਂ ਨੂੰ ਕੋਲ ਖੜ੍ਹੇ ਹੁੰਦੇ ਸੀ, ਮੈਨੂੰ ਉਹਨਾਂ ਨੇ ਕਈਆਂ ਬੰਦਿਆਂ ਨੇ ਪੁੱਛਿਆ ਵੀ ਪਾਪਾ ਜੀ, ਕਈਆਂ ਨੇ ਮੈਨੂੰ ਚਾਚਾ ਜੀ ਕਿਹਾ, ਕਈਆਂ ਨੇ ਮੈਨੂੰ ਤਾਇਆ ਜੀ ਕਿਹਾ ਵੀ ਤੁਹਾਡੇ ਨਾਲ ਹੋਇਆ ਕੀ। ਮੈਂ ਕਿਹਾ ਜੀ 12 ਤਰੀਕ ਨੂੰ ਜਿਹੜੇ ਅਣਪਛਾਤੇ ਬੰਦਿਆਂ ਨੇ ਮੈਨੂੰ ਕਿਡਨੈਪ ਕਰ ਲਿਆ ਸੀਗਾ, ਅੱਜ ਪੁਲਿਸ ਦੇ ਉੱਤੇ ਦਬਾਅ ਪਿਆ, ਉਹੀ ਬੰਦੇ ਮਤਲਬ ਜਿਹਨਾਂ ਨੇ ਖਾਣ ਜਿਹੜਾ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਅੱਜ ਤੈਨੂੰ ਅਸੀਂ ਦੇਣਾ ਸਰ। ਤੁਹਾਨੂੰ ਲੱਗਦਾ ਕਿ ਤੁਹਾਨੂੰ ਜਿਹੜਾ ਤੁਹਾਨੂੰ ਕਿਤੇ ਫਲੋਰ ਦੇ ਲਾਗੇ ਛਾਗੇ ਰੱਖਿਆ ਹੋਵੇ? ਨਹੀਂ ਜੀ, ਜਿਹੜਾ ਦਾਰਾਪੁਰ ਦਾ ਇਲਾਕਾ ਨਾ ਜਿਹੜਾ ਜੀ, ਮੈਨੂੰ ਲੱਗਦਾ ਵੀ ਉੱਥੇ ਕਿਤੇ ਲਾਗੇ ਛਾਗੇ ਹੀ ਆ ਕਿਤੇ ਕੋਈ ਜਗ੍ਹਾ ਜਿਹੜੀ ਉਹ ਜਿੱਥੋਂ ਮੈਨੂੰ ਉਹ ਲੈ ਕੇ। ਮਤਲਬ ਫਲੋਰ ਦੇ ਲਾਗੇ ਛਾਗੇ ਸੀਗੇ? ਫਲੋਰ ਦੇ ਲਾਗੇ ਛਾਗੇ। ਹੁਣ ਤਾਂ ਤੁਸੀਂ ਯਾਨੀ ਕਿ ਇਹ ਕਰ ਰਹੇ ਹੋ ਕਿ ਜਿਹੜੇ ਡਿਮਾਂਡ ਕਰ ਰਹੇ ਹੋ ਕਿ ਤਿੰਨੇ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਹੋ, ਉਹਨਾਂ ਦੇ ਕਿੱਦਾਂ ਦੀ ਕਾਨੂੰਨੀ ਕਾਰਵਾਈ ਚਾਹੁੰਦੇ ਹੋ ਤੁਸੀਂ? ਉਹਨਾਂ ਦਾ ਜੀ ਕਾਨੂੰਨ ਦੇ ਮੁਤਾਬਕ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਜੋ ਕਾਨੂੰਨ ਕਹਿ ਰਿਹਾ ਨਾ ਜੀ, ਜੋ ਇਹਨਾਂ ਨੇ ਮਤਲਬ ਕਿ ਤਸ਼ੱਦਦ ਕੀਤਾ ਮੇਰੇ 'ਤੇ, ਮੈਨੂੰ ਕੁੱਟਿਆ ਮਾਰਿਆ, ਨਜਾਇਜ਼ ਕੁੱਟਿਆ ਮਾਰਿਆ, ਜਿਹੜੀਆਂ ਅਸੀਂ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਉਹਦੇ ਵਿੱਚ ਵੀ ਅਸੀਂ ਲਿਖਿਆ ਵੀ ਸਾਡੇ ਮਤਲਬ ਕਿ ਮੁਲਾਜ਼ਮ ਨੂੰ ਇਹ ਧਮਕੀਆਂ ਦਿੰਦੇ ਹਾਂ, ਉਹਦੀ ਬਦੌਲਤੀ ਇਹਨਾਂ ਨੇ ਇਹ ਕਾਂਡ ਕੀਤਾ। ਜਿਹੜਾ ਤੁਹਾਡਾ ਐਜੀਟੇਸ਼ਨ ਸੀਗਾ ਤੁਸੀਂ ਧਰਨ ਲਾਉਂਦੇ ਸੀ, ਉਹ ਕੀ ਅੱਗੇ ਤੋਂ ਚੱਲਦਾ ਰਹੂਗਾ? ਉਦਾਂ ਹੀ ਉਹ ਅਸੀਂ ਚਾਲੂ ਰੱਖਣਾ ਵੀ, ਉਹ ਅਸੀਂ ਛੱਡਣਾ ਥੋੜ੍ਹਾ। ਓਕੇ, ਇਹੀ ਮੇਰੇ ਬਿਆਨ ਆ ਜੀ, ਮੈਂ ਪੁਲਿਸ ਨੂੰ ਵੀ ਇਹੀ ਬਿਆਨ ਦੇਣੇ ਆ ਅਤੇ ਤੁਹਾਨੂੰ ਮੀਡੀਆ ਨੂੰ ਵੀ। ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਗੋਇਲ ਨੇ ਕਿਹਾ ਕਿ ਅਕਾਲੀ ਭਾਜਪਾ ਵਾਲੇ ਸਾਡੇ ਖਿਲਾਫ਼ ਸਾਜ਼ਿਸ਼ ਰਚ ਰਹੇ ਹਨ, ਅਸੀਂ ਤਾਂ ਕਦੇ ਕੁੱਤਾ ਵੀ ਨਹੀਂ ਮਾਰਿਆ। ਉਹਨਾਂ ਕਿਹਾ ਕਿ ਇਹਨਾਂ ਦੀ ਕਾਲ ਡਿਟੇਲ ਕਢਵਾ ਕੇ ਦੇਖ ਕੇ ਬਰੀਕੀ ਨਾਲ ਜਾਂਚ ਕੀਤੀ ਜਾਵੇ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਹਦੇ ਵਿੱਚ ਇਹ ਆ ਵੀ ਜਿਸ ਵੇਲੇ ਆਪਣੇ ਪਹਿਲਾਂ ਤਾਂ ਕਾਲ ਡਿਟੇਲ ਕਢਾਉਣੀ ਚਾਹੀਦੀ ਆ ਆਪਣੇ ਸਰਕਾਰ ਨੂੰ ਵੀ ਰਾਕੇਸ਼ ਗੋਇਲ ਦੇ ਇਹਨਾਂ ਨੂੰ ਧਰਨੇ 'ਤੇ ਬੈਠਿਆਂ ਦੇ ਕਿੰਨੇ ਟੈਲੀਫੋਨ ਆਏ, ਕੀ ਕਰਦਾ ਰਿਹਾ, ਔਰ ਸਾਰੀ ਡਿਟੇਲ ਕੱਢੇ ਅਤੇ ਜਿਹੜੇ ਜਿਹੜੇ ਬੰਦੇ ਨੂੰ ਉਹਨੇ ਟੈਲੀਫੋਨ ਕੀਤਾ ਉਹਨਾਂ ਨੂੰ ਉੱਥੇ ਪੁੱਛਿਆ ਜਾਵੇ, ਸਾਰਾ ਕੁਝ ਸੱਚ
ਉਹ ਆਪਣਾ ਜੇਲ੍ਹ ਕੱਢਣ ਦੀ ਖਾਤਰ ਇਹ ਜਿਹੜਾ ਆਪਣੇ ਸਾਰਾ ਡਰਾਮਾ ਕੀਤਾ ਅਕਾਲੀਆਂ ਦੇ ਔਰ ਬੀਜੇਪੀ ਨੇ ਰਲ ਕੇ, ਅਤੇ ਇਹ ਜਿਹੜਾ ਆਪਣੇ ਦੂਸਰਾ ਸ਼ੀਤਲ ਵੀ ਆ, ਇਹ ਕਿਤੇ ਕੋਈ ਬਹੁਤੀ ਦੂਰ ਨਾ ਸੀ। ਜਿੱਥੇ ਤੱਕ ਸਾਡਾ ਖਿਆਲ ਆ ਵੀ ਰਕੇਸ਼ ਗੋਇਲ ਦੇ ਫਾਰਮ ਦੇ ਉੱਤੇ ਹੀ 3-4 ਦਿਨ ਰਿਹਾ, ਜਿਸ ਵੇਲੇ ਉੱਥੇ ਪੁਲਿਸ ਨੇ ਰੇਡ ਕੀਤਾ, ਉੱਥੋਂ ਕਿਤੇ ਪਹਿਲਾਂ ਖਬਰ ਚੱਲ ਗਈ 5-7 ਮਿੰਟ ਪਹਿਲਾਂ, ਉੱਥੋਂ ਕਿਤੇ ਹੋਰ ਅੱਡੇ ਉੱਡੇ 'ਤੇ ਜਿਹੜਾ ਕਹਿੰਦੇ ਉੱਥੇ ਛੱਡਿਆ, ਔਰ ਨਾਲੇ ਟੈਲੀਫੋਨ ਕਰਕੇ ਉੱਥੇ ਉਹਨੂੰ ਇੱਥੇ ਹਸਪਤਾਲ ਦੇ ਵਿੱਚ ਲੈ ਗਏ। ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ, ਅਸੀਂ ਉਹਨੂੰ ਕਿਡਨੈਪ ਕਹਿੰਦੇ ਕਰਨਾ ਸੀ, ਮੈਂ ਅਸੀਂ ਤਾਂ ਅੱਜ ਤੱਕ ਕੁੱਤਾ ਨਹੀਂ ਮਾਰਿਆ ਅਤੇ ਬੰਦੇ ਨੂੰ ਕਿਡਨੈਪ ਕੀ ਕਰਨਾ। ਕੌਂਸਲਰ ਭਾਰਤੀ ਸ਼ਰਮਾ ਅਤੇ ਵਿਨੋਦ ਨੇ ਕਿਹਾ ਕਿ ਜੇ ਪੁਲਿਸ ਨੂੰ ਸ਼ੱਕ ਹੈ ਤਾਂ ਪੁਲਿਸ ਬਰੀਕੀ ਨਾਲ ਜਾਂਚ ਕਰੇ, ਜੇਕਰ ਅਸੀਂ ਦੋਸ਼ੀ ਨਿਕਲੇ ਤਾਂ ਸਖ਼ਤ ਸਜ਼ਾ ਮਿਲੇ। ਲਿਆ ਵੀ ਜਿਹੜੇ ਇਹਨਾਂ ਕੰਮਾਂ ਨੂੰ ਸਿਆਸਤੀ ਰੂਪ ਦਿੱਤੇ ਜਾਂਦੇ ਆ, ਦੇਖੋ ਇੱਕ ਸ਼ਹਿਰ ਦੀ ਸਫਾਈ ਦਾ ਐਜੀਟੇਸ਼ਨ ਚੱਲਦਾ ਸੀ, ਉਹਦੇ ਵਿੱਚ ਅਸੀਂ ਸ਼ਹਿਰ ਦੀ ਸਫਾਈ ਦੇ ਵਿੱਚ ਸ਼ਹਿਰ ਦੇ ਲੋਕਾਂ ਦੇ ਨਾਲ ਰਲ ਕੇ ਇੱਕ ਡੋਰ ਟੂ ਡੋਰ ਕੂੜਾ ਚੱਕਣ ਦਾ ਇੱਕ ਪ੍ਰੋਸੈਸ ਚਲਾਇਆ ਸੀ, ਜਿਹਦੇ ਵਿੱਚ ਇਹਨਾਂ ਨਾਲ ਸਾਡੀਆਂ ਸੈਟਿੰਗਾਂ ਹੋਈਆਂ। ਲਾਸਟ 'ਤੇ ਜਿਹੜੀ ਸੈਟਿੰਗ ਹੋਈ, ਚਲੋ ਮੈਂ ਸ਼ੋਰਟਕੱਟ ਹੀ ਦੱਸਦਾ, ਉਹ ਇਹ ਹੋਈ ਸ਼ੀਤਲ ਜੀ ਨਾਲ ਬੈਠ ਕੇ ਸਾਡੀ ਗੱਲ ਹੋਈ ਵੀ ਤੁਸੀਂ ਜੋ ਪੋਲਿਸੀ ਬਣਾ ਕੇ ਲੈ ਕੇ ਆਓਗੇ ਅਸੀਂ ਉਹਨੂੰ ਲਾਗੂ ਕਰ ਦੇਵਾਂਗੇ, ਪਰ ਸੋਮਵਾਰ ਤੋਂ ਅਸੀਂ ਜਿਹੜੇ ਉਹ ਰੇਡੇ ਚਲਾਉਣੇ ਆ ਵੀ ਤੁਸੀਂ ਉਹਨੂੰ ਦੱਸੋ ਕਿੱਦਾਂ ਕਰਨੀ ਆ, ਤੁਸੀਂ ਜਿੱਦਾਂ ਕਹੋਗੇ ਅਸੀਂ ਚਾਲੂ ਕਰਦੇ। ਉਸ ਤੋਂ ਬਾਅਦ ਇਹਨਾਂ ਨੇ ਲੈ ਕੇ ਸਾਨੂੰ, ਇਹਨਾਂ ਨੇ ਐਤਵਾਰ ਸ਼ਾਮ ਤੱਕ ਦੱਸਣਾ ਸੀ, ਇਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ। ਫਿਰ ਸੋਮਵਾਰ ਅਸੀਂ ਰੇਡੇ ਚਲਾਤੇ, ਫਿਰ ਜਲੰਧਰ ਤੋਂ ਹੈਗੇ ਆ ਕੋਈ ਆਪਣੇ ਚੰਦਨ ਗਰੇਵਾਲ ਜੀ, ਉਹ ਆਏ ਕਿ ਐਸ ਡੀ ਐਮ ਸਾਹਿਬ ਨਾਲ ਗੱਲਬਾਤ ਕਰਨ ਲਈ। ਐਸ ਡੀ ਐਮ ਸਾਹਿਬ ਉਸ ਦਿਨ ਸ਼ਾਇਦ ਇਲੈਕਸ਼ਨ ਕਰਕੇ ਟਾਈਮ ਨਹੀਂ ਸੀ, ਉਹਨਾਂ ਦੀ ਗੱਲ ਨਹੀਂ ਹੋ ਪਾਈ, ਅਤੇ ਰੇਡੇ ਜਿਹੜੇ ਕੰਟੀਨਿਊ ਚੱਲਦੇ ਰਹੇ। ਫਿਰ ਇਹਨਾਂ ਦੀ ਜਿਹੜੀ ਕਿਤੇ ਅਕਾਲੀ ਦਲ ਬੀਜੇਪੀ ਦੇ ਨਾਲ ਜਿਹੜੇ ਲੀਡਰ ਸੀ ਉਹਨਾਂ ਦੇ ਨਾਲ ਰਾਬਤਾ ਬਣਿਆ, ਉਸ ਦਿਨ ਤੋਂ ਬਾਅਦ ਇਹ ਗਾਇਬ ਹੋ ਗਏ। ਉਸ ਦਿਨ ਤੋਂ ਬਾਅਦ ਇਹ ਗਾਇਬ ਹੋ ਗਏ, ਗਾਇਬ ਹੋਣ ਤੋਂ ਬਾਅਦ ਇਹ ਸਿਆਸੀ ਰੰਗਤ ਦੇਣ ਕਰਕੇ ਸਾਡੇ ਜਿਹੜੇ ਨਾਮ ਲੈਣ ਲੱਗ ਪਏ। ਸਾਡਾ ਕੀ ਰੋਲਿਆ, ਜੇ ਕੋਈ ਵੀ ਸ਼ੱਕ ਹੈਗਾ ਪੁਲਿਸ ਨੂੰ ਸਾਡੇ ਤੋਂ ਪੁੱਛਗਿੱਛ ਕਰ ਸਕਦੇ ਆ, ਔਰ ਜੇ ਸਾਡਾ ਕੋਈ ਵਿੱਚੋਂ ਰੋਲ ਨਿਕਲਦਾ ਸੀ ਉਹਦੀ ਸਜ਼ਾ 'ਤੇ ਵੀ ਜ਼ਿੰਮੇਦਾਰ ਹੋਵਾਂਗੇ। ਸਾਡੇ ਕਿਸੇ ਵੀ ਹੱਦ ਤੱਕ ਸਾਡੇ ਕੋਈ ਵੀ ਫੋਨ, ਕੋਈ ਵੀ ਗੱਲ, ਕੋਈ ਵਾਰ ਨਾ ਸਾਡਾ ਕੋਈ ਕ੍ਰਿਮੀਨਲ ਰਿਕਾਰਡ ਆ, ਕੋਈ ਵੀ ਸਾਡੇ ਕਿਸੇ ਨਾਲ ਸੀਤਲ ਨਾਲ ਇੱਕ ਵਾਰ ਵੀ ਜ਼ਿੰਦਗੀ 'ਚ ਅੱਜ ਤੱਕ ਫੋਨ 'ਤੇ ਗੱਲ ਨਹੀਂ ਹੋਈ, ਅਤੇ ਸਾਡਾ ਕਿਹੜੇ ਹਿਸਾਬ ਨਾਲ ਉਹ ਸਾਡਾ ਨਾਮ ਲੈਂਦੇ ਤਾਂ ਨਹੀਂ। ਇਹਦੇ 'ਚ ਮੇਰਾ ਕੋਈ ਰੋਲ ਨਹੀਂ ਹੈਗਾ। ਅਸੀਂ ਤਾਂ ਇਹ ਚੀਜ਼ ਕਹਿੰਦੇ ਵੀ ਜਿਹੜਾ ਮਤਲਬ ਕਿ ਨਾ ਸੀਤਲ ਜੀ ਗਵਾਹ ਹੋਏ ਆ, ਕਹਿੰਦੇ ਵੀ ਉਹ ਮੇਰਾ ਨਾਮ ਵਿੱਚ ਲਿੱਤਾ ਗਿਆ ਵਾ। ਮੈਂ ਮਤਲਬ ਕਿ ਸਰਕਾਰ ਅੱਗੇ ਔਰ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਾਂਗਾ ਕਿ ਇਹਦੀ ਇਨਕੁਆਇਰੀ ਕਰਵਾਈ ਜਾਵੇ, ਉੱਚੇ ਪੱਧਰ 'ਤੇ ਇਨਕੁਆਇਰੀ ਕਰਵਾਈ ਜਾਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਫਲੋਰ ਤੋਂ ਅਜੇ ਸਿੰਘ ਨਾਗੀ ਦੀ ਰਿਪੋਰਟ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।